ਮੈਂ ਇਹਨਾਂ ਗਾਣਾ ਸੁਣਾਉ ਨਹੀਂ ਤਾਂ ਮੈਂ ਮਰਨਾ ਸ਼ੌਕੀ ਮੈਨੂੰ ਰੋਟੀ ਖਵਾਓ ਨਹੀਂ ਤਾਂ ਮੈਂ ਮਰਨਾ ਪਲਵਸ਼ਾ मुझे यहाँ से भगाओ नहीं तो मैं मरती हूँ तुम मेरे साथ भागो नहीं तो मैं मरता अपने बड़ी सीरियस हुई ना नहीं मकसद डायरेक्ट हो गया तू यार मैं लागे बैठा बा आए कौन है ऐ चंबल दी दवाई ए खुद चंबल है के एहो जे बंदा खाब जावे बंदा सुबह सीरी सुटन गया हुंदा बंदा दा बंदा जा या एहो जे बंदा दोपहर नु खाब जावे ते बंदा अपने मुर्शिद को जान के कहंदा मुर्शिद मैं जदों रात नु अखां बंद करना मेनू कोई कुत्ते बिल्ले नजर आउंदे ने नजर आउंदे ते तू एडे ਉਧਰ ਜਾ ਕੇ ਸਰੀਆਂ ਸੁੱਟੀ ਜਾਂਦੇ ਉਧਰ ਸਿੱਧੀ ਤੁਹਾਨੂੰ ਦੇਊਗਾ ਜੀ ਖਾਇਆ ਗਰੀਬ ਆਦਮੀ ਉਹ ਮਰੇ ਰੋਣਾ ਜਦੋਂ ਰੋਂਦੇ ਲੋਕਾਂ ਦੇ ਅਥਰੂ ਨਿਕਲਦੇ ਨੇ ਤੇਰੀ ਸਿਆਹੀ ਨਿਕਲਣ ਡਈ ਆ ਲੋਕਾਂ ਦੇ ਅਥਰੂ ਨਿਕਲਦੇ ਤੇਰੇ ਲੋਕ ਨਿਕਲਣ ਡਈ ਆ ਲੋਕ ਨਿਕਲਣ ਡਈ ਆ ਕਿੰਨੀ ਦੇਰ ਹੋ ਗਈ ਆ ਕਿੰਨੇ ਦੇ ਵਿਆਹ ਬਾਅਦ ਮੈਂ ਜਾ ਕੇ ਜਰਦਾ ਨਹੀਂ ਕਰਦਾ ਆ ਦੇਣਾ ਜੀ ਜਰਦਾ ਮੈਨੂੰ ਪੁਰਾ ਅੱਛਾ ਐਸੀ ਮਰਮ ਹੈ ਬਲਕਿ ਮਲਮ ਹੈ ਜਿਹੜੀ ਲਾਵਣ ਨਾਲ ਜ਼ਖਮ ਜ਼ਿਆਦਾ ਖਰਾਬ ਹੋ ਜਾਂਦਾ ਹੈ ਕਰ ਲਿਆ ਜਿਹੜਾ ਸ਼ੁਰੂ ਐਸੀ ਆਇਓਟੈਕਸ ਹੈ ਜਿਸ ਕੋ ਲਗਾਉਣ ਕੇ ਬਾਅਦ ਆਹ ਹਾ 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 ਜ਼ਖਮ ਆ ਖਰਾਬ ਹੋ ਜਾਂਦਾ ਤੁਸੀਂ ਤਾਂ ਆਪਣਾ ਜੀ ਨਿਕਲ ਆਏ ਹੋ ਵੈਰੀ ਗੁੱਡ ਕਿਤਨੀ ਪਿਆਰੀ ਨਾਈਸ ਥੈਂਕ ਯੂ ਥੈਂਕ ਯੂ ਇੱਕ ਗੱਲ ਤਾਂ ਦੱਸੋ ਹਾਂਜੀ ਇਹ ਅਗੂ ਸ਼ੇਖ ਕਿਉਂ ਲਵਾਇਆ ਹੋਇਆ ਇਹਨੇ ਅਕਸਰ ਲੋਕ ਮੈਨੂੰ ਇਹ ਕਹਤੇ ਹਨ ਕਿ ਛੇੜ ਦੇ ਕਰਚਨ ਮੇ ਕੰਜੂਸ ਹੋਗੇ ਨਾ ਇਸੇ ਲੋਕ ਕਹਿੰਦੇ ਸ਼ੇਖ ਜਦੋਂ ਮਾਵਾ ਆਂਦੀਆਂ ਦੀਆਂ ਰੱਖਿਆ ਤਾਂ ਸ਼ੇਖ ਹੀ ਆ ਹਲੋ ਉਹ ਸੱਲਗ ਪਿਆ ਜੇ ਉਹ ਹਾਸਾ ਸਟਾਰਟ ਹੋ ਗਿਆ ਮੈਨੂੰ ਪਤਾ ਸੀ ਇਹਦੇ ਕੋਲ ਬੈਠਿਆ ਸੀ ਇੱਕਾ ਹੀ ਨਿਕਲਣਾ ਤੇ ਮੈਂ ਅੱਜ ਤੈਨੂੰ ਕੋਈ ਹੋ ਨਹੀਂ ਡਿਆਰਾ ਕੋਈ ਜਾਣ ਨਹੀਂ ਡਿਆ ਨਾਦੀਆ ਹਾਂਜੀ ਉਹ ਗੱਲ ਲਈ ਪੁਰਾਣੀ ਕਿਸੇ ਪੁੱਛੇ ਯਾਰ ਆ ਕੀ ਹੋ ਕਿਉਂ ਜਾਏ ਬੰਦੇ ਜੰਨਤ ਚ ਆਏ ਨੇ ਉਹਨਾਂ ਆਖਿਆ ਨਾਦੀਏ ਨੂੰ ਸਜ਼ਾ ਹੈ ਇਹ ਲਤੀਫਾ ਪੁਰਾਣਾ ਫਿੱਟ ਅੱਜ ਹੋਇਆ ਸਹੀ ਗੱਲ ਹੈ ਓਏ ਫਿੱਟ ਹੈ ਮੂੰਹ ਬਸ ਕਰ ਚੁੱਪ ਕਰ ਨਾ ਕੱਟ ਬਹੁ ਕਤਲੀਆਂ ਅੱਛਾ ਮੇਰੀ ਗੱਲ ਸੁਣ ਮੈਂ ਨਾਦੀਏ ਨਾਲ ਜ਼ਰਾ ਪਿਆਰ ਦੀ ਕੋਈ ਗੱਲ ਕਰਨ ਦੇ ਯਾਰ ਤੁਸੀਂ ਕੋਈ ਲੈਣ ਬੈਠੇ ਮੈਨੂੰ ਇਹ ਦੱਸੋ ਹਾਂਜੀ ਗਾਣਾ ਗਾਉਂਦੇ ਹੋ ਹਾਂਜੀ ਸਿਰਫ ਨਹੀਂ ਨਹੀਂ ਗਾਣਾ ਵੀ ਕੱਢਦੇ ਨੇ ਜਦੋਂ ਪ੍ਰੋਡਿਊਸਰ ਪੈਸੇ ਖਾ ਜਾਵੇ ਫਿਰ ਕਹਿੰਦੀਆਂ ਨੇ ਵੇ ਪੈਸੇ ਦੇ ਤੇ ਡੈਸ 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 ਅੱਛਾ ਤੂੰ ਮੈਨੂੰ ਗੱਲ ਨਾ ਕਰਨ ਦੇ ਵੀ ਮੇਰੀ ਵੀ ਕਰੋ ਨਾ ਓਵਰਲੈਪ ਤੂੰ ਮੈਨੂੰ ਪਈ ਮੈਨੇ ਦੱਸੋ ਮੈਂ ਇਨਸਾਨ ਕਦੋਂ ਬਣਾਂਗਾ ਚੱਲ ਪਈ ਮੋਟਰ ਸਾਈਡ ਤੇ ਹੋ ਜਾ ਉਹ ਹਾਸੇ ਥੱਲੇ ਨਾ ਆ ਜਾਣਾ ਮੈਂ ਇਨਸਾਨ ਕਦੋਂ ਬਣੇਗਾ ਤੂੰ ਮੈਂ ਇਨਸਾਨ ਨਹੀਂ ਅੱਗੇ ਸ਼ਾਬਰ ਤੋਂ ਦਹੀਂ ਨਹੀਂ ਜੋੜਿਆ ਗੱਲ ਤੇ ਹੈ ਇਹੋ ਜਿਹੀ ਸ਼ਾਪਰ ਨੂੰ ਸਨੇਕ ਨਹੀਂ ਲੱਗਾ ਹੁੰਦਾ ਹੁਣ ਸੌਰੀ ਜਲੇਬੀਆਂ ਕੱਢੀਏ ਤੇ ਇਹੋ ਜਿਹਾ ਮੂੰਹ ਬਣਦਾ ਹੁਣ ਜਲੇਬੀਆਂ ਕੱਢਣ ਵਾਲੀ ਗੁੱਥਲੀ ਵਰਗਾ ਮੂੰਹ ਹੈ ਨਾਦੀਆ ਨਾਲ ਬਦਤਮੀਜ਼ੀ ਖਬਰਦਾਰ ਐਡੀ ਖੂਬਸੂਰਤ ਲੜਕੀ ਤੁਸੀਂ ਜੁਗਤਾ ਲਾ ਰਹੇ ਹੋ ਉਧਰ ਨਹੀਂ ਕਰ ਰਹੇ ਤੁਹਾਨੂੰ ਕਰ ਰਹੇ ਮੈਂ ਡਾ ਦੇ ਸਲ ਇਤਰਾ ਨਾਲ ਤੁਹਾਨੂੰ ਮੈਂ ਬਦਤਮੀਜ਼ ਜੈਨ ਹੁਣ ਤੁਹਾਨੂੰ ਪ੍ਰੋਗਰਾਮ ਵਿੱਚ ਕਹਿ ਬਿਠਾ ਹੈ ਦਾਦੀ ਅਭੀ ਵੀ ਬੜੇ ਬਦਤਮੀਜ਼ ਨੇ ਤੁਸੀਂ ਮਾਈਂਡ ਨਾ ਕਰਨਾ ਤੇ ਕੀ ਕਹਿ ਰਹੇ ਭਈ ਇਹ ਗੁੱਥਲੀ ਆ ਰਹੇ ਫਲਾਣਾ ਇਹ ਉਹ ਔਰ ਤੁਹਾਡਾ ਕੀ ਖਿਆਲ ਹੈ ਮੈਂ ਨਹੀਂ ਕਹਿ ਰਹੇ ਲੈ ਦੱਸੋ ਤੁਹਾਨੂੰ ਕਹਿ ਰਹੇ ਜੁਰਤ ਤਾਂ ਤੇ ਜੁਰਤ ਕਰ ਹੀ ਨਹੀਂ ਸਕਦੇ ਤੁਸੀਂ ਤਾਂ ਸ਼ਾਹਰੁਖ ਖਾਨ ਹੋ ਕਿਸੇ ਪਿੰਡ ਦਾ ਸ਼ਾਹਰੁਖ ਖਾਨ ਹੈ ਉਹ ਸ਼ਾਹਰੁਖ ਖਾਨ ਹੈਲੀਕਾਪਟਰ ਤੇ ਉਤਰਦਾ ਹੈ ਇਹ ਸ਼ਾਹਰੁਖ ਖਾਨ ਖੋਤਾ ਰੇੜੀ ਤੋਂ ਨਿਕਲਦਾ ਮਕਸਦ ਉਹ ਦਰਵਾਜ਼ਾ ਬੰਦ ਕਰਦਾ ਹੈ ਰੇੜੀ ਖੋਲ ਕੇ ਖੋਤਾ ਲੈ ਕੇ ਟੁਰ ਪੈਂਦਾ ਵੇਖਿਆ ਨਾ ਸ਼ਾਹਰੁਖ ਖਾਨ ਨੂੰ ਜੁਗਤਾਂ ਕਰ ਰਹੇ ਨੇ ਉਹ ਸ਼ਾਹਰੁਖ ਖਾਨ ਪੀਜ਼ੇ ਖਾਂਦਾ ਇੰਗਲਿਸ਼ ਡਿਸ਼ਾਂ ਖਾਂਦਾ ਹੈ ਇਹ ਚੌਲਾਂ ਦੀਆਂ ਪਿੰਨੀਆਂ ਗੁੜ ਦੀਆਂ ਪੇਸੀਆਂ ਮਾਰੇ ਕਰਦਾ ਸ਼ਾਹਰੁਖ ਹੈ ਨਾ ਨਹੀਂ ਉਹ ਪੀਜ਼ੇ ਨਾਲ ਉਤੇ ਗੁੜ ਦੀ ਪੇਸੀ ਹੈ ਸਦਕੇ ਜਾ ਬਾਕੀ ਇਹ ਵੀ ਇੱਕ ਮਿੰਟ ਠਹਿਰਾ ਹੈ ਗੱਲ ਕਰਨ ਦੇ ਹਟ ਜਾ ਪਿੱਛੇ ਇਹ ਕਹੇ ਆਂਦੀ ਹੈ ਯਾਰ ਕਮਾਲ ਹੈ ਗੁਲੂਕਾਰਾ ਤੁਹਾਡੀ ਗੁਆਚੀ ਸੀ ਨਾ ਉਹ ਲੈ ਆਇਆ ਲੱਭ ਕੇ ਫਿੱਟੇ ਮੂੰਹ ਤੇਰਾ ਬਦਤਮੀਜ਼ਾ ਗੁਆਚੀ ਸੀ ਮੇਰੀ ਤੁਸੀਂ ਕਹਿੰਦੇ ਨਹੀਂ ਸੀ ਉਹ ਮੇਰੇ ਵਿੱਚ ਸੀ ਗੁਆਚੇ ਸੀ ਭੈਣ ਭਰਾ ਉਹ ਬਦਤਮੀਜ਼ਾ ਮੇਰੀ ਉਹ ਜੀ ਗਵਾਚਣ ਦੇ ਨਾ ਮੈਂ ਪਾਗਲ ਨੂੰ ਅੱਛਾ ਨਾਦੀਆ ਬੀਬੀ ਇਹ ਗਾਣੇ ਦਾ ਸ਼ੌਕ ਕਦੋਂ ਤੋਂ ਲੱਗਾ ਹੈ ਤੁਹਾਨੂੰ ਮੇਰੇ ਵਾਸਤੇ ਬਚਪਨ ਸੇ ਹੋਏ ਹੋਏ ਤੁਹਾਨੂੰ ਬਚਪਨ ਤੋਂ ਤੇ ਇੱਧਰ ਬਚਪਨ ਤੋਂ ਅੱਛਾ ਮੈਂ ਗੱਲ ਸੁਣਾ ਵਾਲਾ ਮੂੰਹ ਬਣਾਇਆ ਮੈਂ ਤੇ ਗਾਣੇ ਦੇ ਬਾਰੇ ਦੱਸਿਆ ਸੀ ਮੈਂ ਸੁਣੀ ਨਹੀਂ ਅੱਛਾ ਮੈਨੇ ਦੱਸੋ ਮੈਂ ਕਦੋਂ ਤੇ ਜਾਣਦੇ ਹੋ ਤੁਸੀਂ ਤੁਹਾਨੂੰ ਬੜੀ ਦੇਰ ਓਏ ਤੁਸੀਂ ਬੜੇ ਫੇਮਸ ਸ਼ਖਸੀਅਤ ਹੋ ਤੁਹਾਨੂੰ ਕੋਈ ਨਹੀਂ ਜਾਣਦਾ ਬਹੁਤ ਫੇਮਸ ਆ ਗਏ ਲੈ ਦੱਸੋ ਬੜਾ ਮਕਬੂਲ ਹਾਂ ਮੈਂ ਖਵਾਤੀਨ ਬਿਲਕੁਲ
ਅੱਜ ਮੈਨੂੰ ਜਾ ਯਕੀਨ ਹੈ ਲੋਕਾਂ ਬੜਾ ਦੱਸਿਆ ਮੈਨੂੰ ਹਾਂਜੀ ਹਾਂਜੀ ਖਵਾਤੀਨ ਨੇ ਫੋਨ ਕੀਤੇ ਬੜੇ ਉਹਨਾਂ ਕਹ ਵਰੀਆਮ ਸਾਹਿਬ ਤੁਹਾਨੂੰ ਵੇਖ ਕੇ ਐਵੇਂ ਜਿਹੜਾ ਹੈ ਨਾ ਬਸ ਬੇਚ ਅੱਲਾ ਯਾਦ ਹੁੰਦਾ ਹਾਂ ਆਇਓ ਜੀ ਕੱਲਾ ਮੀਆਂ ਇਸ ਕੁਰਸੀ ਤੇ ਇਹੋ ਜਿਹਾ ਮੂੰਹ ਵੀ ਬਹਿਣਾ ਸੀ ਇਹ ਐਵੇਂ ਸ਼ੁਗਲੀ ਅੰਨਾ ਇਹਨਾਂ ਦੀ ਜੋਤੀ ਮੈਂ ਸਮਝ ਰਹੀ ਹਾਂ ਤੁਸੀਂ ਦਿਲ ਤੇ ਨਾ ਲਓ ਤੁਸੀਂ ਪਤਾ ਕੀ ਵਰੀਆਮ ਬਾਜਟੇ ਅੱਲਾ ਇਹ ਕਿਹੜੀ ਗੱਲ ਹੋਈ ਮਾ ਉਹ ਤਾਂ ਸਾਰੇ ਸੋਹਣੇ ਨੇ ਉਧਰ ਤੁਸੀਂ ਗੱਲਾਂ ਕਰੀਆਂ ਉਹਨੇ ਮੇਰੇ ਤੇ ਰਿਸਕ ਲਵੋ ਤੇ ਪਤਾ ਵੇ ਕਿਹੜਾ ਹੋਏ ਹੋਏ ਇਹ ਕਹਿ ਆਂਦਾ ਬਰਬਾਨਾ ਬਕਰਾ ਓਏ ਉਹ ਬਸ ਕਰਦੇ ਓਏ ਐਵੇਂ ਹੱਸੀ ਜਾਂਦਾ ਐਡੀ ਤਾਂ ਖੁਸ਼ਹਾਲੀ ਨਹੀਂ ਤੇਰੇ ਮੂੰਹ ਤੇ ਜਿੰਨਾ ਤੂੰ ਹੱਸਣ ਦਾ ਅੱਛਾ ਸੋਹਣੀ ਕੁੜੀ ਮੇਰੇ ਕੋਲ ਬੈਠੀ ਮੇਰਾ ਹਾਸਾ ਡੱਕਿਆ ਜਾਂਦਾ ਇਹ ਤੇਰਾ ਖਿਆਲ ਹੈ ਬੇਟਾ ਮੇਰੇ ਕੋਲ ਬੈਠੀ ਹਾਂ ਮੈਂ ਉਧਰ ਤੱਕ ਰਹੀ ਹਾਂ ਅੱਛਾ ਗਾਣਾ 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 ਸੁਣੀ ਜੀ ਬਿਲਕੁਲ अच्छा सबसे पहले तो मैं आप सब लोगों को थैंक्स कहना चाहती हूँ कि इतने अच्छे शो में मुझे बुलाया और मुझे यहाँ पे बैठने का मौका दिया गाने का मौका दिया अभी जो गाना मैं यहाँ पे परफॉर्म करने के लिए जा रही हूँ मेरे उस्ताद जी हैं म्यूज़िक सिखाया है उन्होंने मुझे तो ये उनका ही प्यार है उन्होंने मुझे इस काबिल यहाँ पर बनाया कि आज मैं गाने के लिए यहाँ पर आई हूँ और ये ट्रैक जो है ये गाना जो है ये भी उन्होंने ही बनाया है उनका ही डिज़ाइन किया हुआ है रऊफ़ साहब हैं अच्छा अपने रऊफ़ साहब अलहमरा Yes, yes, वो तो बड़े लवली आदमी ये उनका है गाना उन्होंने मुझे बना कर दिया है तो ये मुझे अच्छा लगेगा कि आज मैं आप सब लोगों के सामने यहाँ पे बड़ा मीठा मीठा है जरा धीमा धीमा मिजाज है उन्होंने बहुत अच्छे हैं ज्यादा मीठा ना गाना इन शुगर भी है फिर जो प्रोग्राम कराने दो बारी इंसुलिन लानी पड़े बंदा लावे ना तो कैलोरियां जिहड़ी कैलोरीज होंदी बाहर नूं होके ते एनर्जी पैदा होंदी ਤੂੰ
वक्त ना जाया कर मेरी नजर दा चुप कर अज ना बोल ना ना सारा मेरा इसम खराब कर इन्हें मेरे को बैठे रह दो मेनू कि नजर ना लग जाए मा प्यो अदब किया सिला ना अज मेरा एडा सोहना गाना मा प्यो अदब तू बगैर आ ही नहीं सकता सिला कितों मिलदा है बहुत अदब कर लिया मेरे इम्तिहान आ गए नीलोफर कालक बेफिक्र हो जाओ आज सिर्फ गाना नजर आएगा तुहानू सुनाई तो नहीं देगा नहीं खुद वादा हो गया और गाना दुकान है अरे वाह वाह मैं होती एक मोरनी आयम अल्लाह शफा दे कैसे इस बीमारी का बचिया कोई नहीं और तू होता एक मोर टूटे पैसे की यार मेरा गाने तो क्यों बोल रहे ओ तो नजर देना चाह रहे ने मैं ले लांगा चुप कर मैं होती अखे मोर नी आई और तू होता एक मोर फिर मैं खेलती साथ तेरे फिर मैं खींचती डोर मेरा मेरा तू गाओ मेरे वास्ते बाबल मेरिया गुडिया बाबल मेरिया गुडिया तेरे घर रह गई मैं अगर तू गल होर वधाई तो मैं ब्रेक लै लेनी मैं तेनू दस रहा बंद कर थूथड़ी अपनी ब्रेक कर ब्रेक तो मैं लै ला लेकिन गुडिया वापस कर दे यार इसलिए चंगा भला सीरियस मामले तू की वेज बाबल और फलाना और गुडिया इस तरह का नहीं बदतमीजी है बदतमीजी से सुमरे कोई और गाना सुना दियो नहीं कोई गाना कुछ सुना नहीं अगले अगे बने बाबा हुन टाइम बाबल की दुआएं लेती जा जा तुझको सुखी संसार आप गाएंगे ना ब्रेक ब्रेक नाज़रीन मैं चनियोट फर्नीचर का कहने जा रहा हूँ मेरी बहन शादी कर रही है और शादी भी मेरे जीजू के साथ करेगी ये साथ वाले के दूसरा शैम्पू बाहरों अंब लिया फिक्की ब्रेक लो जी फिक्कियां शुरू हो गई ब्रेक लो